ਇਹਨਾਂ ਨੂੰ ਪੁੱਛਦੇ ਕੀ ਕਰਨਾ ਕਰਨਾ ਕੀ ਵੀਰ ਜੀ ਆਪਾਂ ਵੈਸੇ ਨਹੀਂ ਯਾਰ ਇਦਾਂ ਪਲਸ ਤੋਂ ਬਾਅਦ ਕੀ ਕਰਨਾ ਵਾ ਇੱਕ ਸਮੋਸਾ ਕਰ ਦੋ ਇੱਕ ਰੋਲ ਇੱਕ ਟਿੱਕੀ ਚਾਰ ਰੋਲ ਕੀ ਮਿੱਤਰੋ ਇਹ ਚੀਜ਼ ਦੱਸੋ ਯਾਰ ਸੋਹਣੀ ਲੱਗੀ ਕਿ ਨਹੀਂ ਵੈਸੇ ਸੋਹਣੀ ਕਿਦੋਂ ਦੇ ਹੋਣੇ ਆ ਇਹਨਾਂ ਦਾ ਫਿਲਪ ਨਾ ਆਲੂ ਵਾਲੀ ਉਹ ਚੈੱਕ ਕਰਿਓ ਚੈੱਕ ਘੱਟੋ ਘੱਟ ਨਹੀਂ ਤੇ 60-70 ਸਾਲ ਪੁਰਾਣੀ ਸ਼ੋਪ ਆ ਕੁਛ ਨਹੀਂ ਸਾਬਣ ਨਹੀਂ ਨਹੀਂ ਗੋਦੀਆਂ ਜ਼ਰਾ मित्र कि सारे एक बार फिर तो स्वागत है यूट्यूब गेमिंग चैनल में काफ़ी कमेंट आ रहे पिछले लोगों का कि तुम हम प्लस टू तो कर लिया प्लस टू तो बाद की करना वा तो प्लस टू वाले अपने यार दोस्त चक लिया तो हम इन्हों पुछते हैं कि करना करना कि वीर जी आप वैसे पंजाबी ले ब्रो कनेडा कनेडा नहीं मित्रों हजे साडा कोई भी डिस्कशन नहीं हैगी की करना की नहीं करना बस चैनल लगे उन्होंने पहले सबसक्राइब कर दो एक रिएक्शन बहुत ज्यादा आ रहा सब तक अगर जा गल करते हैं हाँ पढ़ी यार यार दसो यार बंदा ब्लॉग नहीं कर सकोगे और सामने तो देखी ना भाई दुकान उसे मतलब कि मैं देख लिया है बट मैं उन्होंने शो नहीं किया कि मैं देखा वा काफ़ी कमेंट आते हैं कि ताडे यार प्लस टू तो बाद की करना की नहीं करना हाई तो यार सीरियसली कह मेरा नहीं कोई प्लैन है जाके तो जाके तेरा लाता मैंने कमेंट आना मेरे ना कितने गया पहला वो दस प्लैन तो यार होनी रंजीत एम थोड़ा बहुत वह हाजिर रहो आप हाल बाजार जाना ही रंजीत एम ने कम आए हाँ इतने काम हो गया वा तो हूँ काम क्या गया हाल बाजार सो कॉल करता वा फिर बाकी यार देख दिया काम कर काफ़ी तो जंडियाले भी जाना अज यार यार कल गए हाँ ढूंढने मार के ला कती लवाड़ी कर दे यार पूरी निकले ना hours later number plate ਛੱਡ ਮੈਨੂੰ ਇਹ ਕਿ ਆਪਣੀ ਆਡੀਅנס ਨੇ ਫੇਰ ਕਹਿਣਾ ਮੈਂ ਕਹਣਾ चिट्टे ही चिट्टे ही वेल्द इतने आएंगे तो जगह नहीं मित्र यार कहीं बड़े 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 इंपोर्टेंट खास काम नहीं आए हैं मैं कहना कल ब्लॉग आना ना तो ब्लॉग वेखियो मतलब कि बस वेखियो सही ती दसा आप पता इतना बीप ला दूंगा आप पता की क्या मन के बस बस बीप लागी बाकी नैक्सट ब्लॉग मतलब देखना आप लैंग्वेज कदी सुधरनी आहो जा नहीं नहीं गोदियां जरा गुरुआ अगे दो सीटा होंगे पिछे बहुत बंदा ते बाकी मित्र यार दस्यो जी किन्ना होंगी वह होंगी तो नो यार ऑलमोस्ट सारे होंगे कि जल्दी आना वा टर्बन परना पा कुछ करो टाई नहीं होंगे टाई यार नहीं जो घर जल्दी भाई मतलब घर जाना मैं कहते छेती छेती कर मेरे तो पग माहे टाई हुई थी हम पग पुग तो टाई करके यार होनी टो शार कट गया तो नेरा पै गया आउटफिट समझो वेस्ट गई कोई अपना कंटेंट नहीं क्रिएट होया इजीली जब आप गड्डी क्यों बैठे हैं एक बो एक चीली बैठे हैं बट तो तुम देखेगी
ਥੋੜੇ ਟਾਈਮ ਬਾਅਦ ਸਾਡੇ ਫਾਲਕ ਬਾਅਦ ਥੋੜਾ ਲਾੜੋ ਫਾਲਕ ਬਾਅਦ ਉਹ ਕੀ ਹੋਇਆ ਮਾਮਾ ਮੈਂ ਵਾ ਬੇਸ ਮੈਂ ਕਹਾ ਮੈਂ ਤੇ ਬੇਸ ਚਲਾਈ ਹੋਣੀ ਪੱਤ ਮਰੀ ਚੱਲ ਜਿਹੜਾ ਆਪਾਂ ਕੰਮ ਕਰਨਾ ਹੈ ਮੇਰੇ ਤੋਂ ਕਰੀਏ ਫਿਰ ਆਪ ਜੰਡਿਆਲੇ ਜਾਣਾ ਕਿ ਨਹੀਂ ਠੀਕ ਹੈ ਨਾ ਲਿਓ ਤੇ ਹੁਣ ਆਪਾਂ ਆਪਣੀ ਰਾਣੀ ਸੁੰਦਰਾ ਚੱਲੇ ਆ ਜੰਡਿਆਲੇ ਕੀ ਕਰਨਾ ਖਾਣ ਪੀਣ ਖਾਣ ਪੀਣ ਖਵਾਉਣ ਪਿਆਉਣ ਵੀਰ ਜੀ ਮੈਨੂੰ ਖਵਾਓ ਮੈਂ ਆਇਆ ਮੈਨੂੰ ਭੁੱਖ ਲੱਗੀ ਮੈਂ ਘਰ ਕੁਛ ਵੀ ਨਹੀਂ ਖਾ ਗਿਆ ਮਿੱਤਰ ਇਹ ਚੀਜ਼ ਦੱਸੋ ਯਾਰ ਸੋਹਣੀ ਲੱਗੀ ਕਿ ਨਹੀਂ ਵੈਸੇ ਜੇ ਹੁਣੇ ਤੁਹਾਨੂੰ ਕਹਿਣਾ ਲੈਣੀ ਤੁਸੀਂ ਕਿਹੜਾ ਲਿਆ ਲਿਆ ਸੀ ਆਪਣੀ ਗੱਡੀ ਲਾਉਂਦੇ ਹਾਂ ਨਹੀਂ ਦੱਸਿਆ ਉਹਨੇ ਲੱਗੀ ਕਿ ਨਹੀਂ ਯਾਰ ਵੈਸੇ ਮੈਨੂੰ ਤਾਂ ਕਾਫੀ ਲੱਗੀ ਇਹ ਵੀ ਮੈਂ ਦੱਸਦਾ ਗੁਰੂ ਕੀ ਰਿਹਾ ਸੱਚੀ ਪਹਿਲਾਂ ਬੈਗ ਰੱਖ ਗਿਆ ਲਿਆਉਣ ਵਾਲੀ ਗੱਲ ਚੇਤਾ ਆ ਗਈ ਮੈਂ ਜਾ ਮੈਨੂੰ ਦੱਸਿਆ ਯਾਰ ਆਪਾਂ ਉੱਥੋਂ ਲਿਆਂਦਾ ਜੇ ਆਪਾਂ ਜੋ ਡਲੋਜੀ ਗਏ ਹਾਂ ਕਿਵੇਂ ਲੱਗ ਰਿਹਾ ਦੱਸ ਭਾਊ ਦੇ ਕੁਛ ਘੈਂਟ ਲੱਗ ਰਿਹਾ ਨਾ ਬਸ ਫਿਰ ਯਾਰ ਹੁਣ ਘੈਂਟ ਘੈਂਟ ਚੀਜ਼ਾਂ ਲਾਉਂਦੇ ਹੁੰਦੇ ਆ ਅੰਦਰੋਂ ਚਾਰਜਰ ਵੀ ਕੱਢ ਦੀ ਯਾਰ ਚਾਰਜਰ ਹੀ ਕੱਢ ਲਈਏ ਉਹ ਗੁਰੂ ਮਾੜੀ ਪਤਾ ਕੀ ਹੋਇਆ ਮਤਲਬ ਮੈਂ ਲਿਟਰਲੀ ਕਹਿੰਦਾ ਯਾਰ ਮੈਂ ਨਾ ਉੱਥੇ ਮੈਂ ਗਿਆ ਮੈਂ ਕਿਸੇ ਲਈ ਕੁਛ ਨਹੀਂ ਲੈ ਕੇ ਆਇਆ ਸੀਰੀਅਸਲੀ ਗੁਰੂ ਮਤਲਬ ਕਿ ਮੈਂ ਮਨਤਾਜ ਨੂੰ ਕਿ ਮੈਂ ਨਾ ਘਰ ਆਇਆ ਅਤੇ ਮੈਂ ਨਾ ਘਰਾਂ ਨੇ ਕਿੱਦਾਂ ਆਪਣੇ ਮੰਮਾ ਨੂੰ ਕਿਹਾ ਮੈਂ ਕਿਹਾ ਯਾਰ ਪ੍ਰਭ ਲਈ ਕੁਛ ਨਹੀਂ ਲੈ ਕੇ ਆਇਆ ਯਾਰ ਮੈਂ ਕਿਹਾ ਉਹਨੇ ਗਾਲਾਂ ਕੱਢੀਆਂ ਵੋ ਅੱਜ ਸੱਚੀ ਨਹੀਂ ਯਾਦ ਰਿਹਾ ਮੈਨੂੰ ਜਿਹਨੂੰ ਕਹਿੰਦੇ ਸੱਚੀ ਵਾਲਾ ਉਹੀ ਮਤਲਬ ਕਿ ਯਾਰ ਉੱਥੇ ਸਾਨੂੰ ਨਾ ਸਿਰਫ ਵਲੋਗ ਦਾ ਸੀ ਕਿ ਕਿੱਥੇ ਕੰਟੈਂਟ ਕੀ ਕ੍ਰੀਏਟ ਕਰਨਾ ਕੀ ਨਹੀਂ ਯਾਰ ਉੱਥੇ ਲੈਣ ਵਾਲਾ ਪਤਾ ਕਿ ਉੱਥੇ ਕੀ ਚਾਹਣੀ ਸੀ ਅਤੇ ਜਾਣਾ ਕੁੜੀਆਂ ਦੇ ਗੱਲ 'ਚ ਪਾਉਣੋ ਗਾਨੀ ਗੁਨੀਆਂ ਜੀ ਲਿਆਉਣਾ ਯਾਰ ਮੈਂ ਉਹ ਤਾਂ ਫਿਰ ਮੈਂ ਲਿਆਂਦਾ ਘਰ ਬੰਦੀ ਆ ਵੀ ਫੜ ਹੋਏ ਵੇਖ ਲਓ ਮਿੱਤਰ ਇੱਕ ਵਲੋਗਰ ਦੀ ਲਾਈਫ 'ਚ ਨਾ ਇੰਨੀਆਂ ਇੰਨੀਆਂ ਤਾਰਾਂ ਨਾ ਸਟਰਗਲ ਕਰਨਾ ਪੈਂਦਾ ਜੇ ਹੋਰ ਤਾਂ ਕੁਛ ਚਾਹੀਦਾ ਐਨਕ ਉਣਕ ਚਲ ਅਜੇ ਕੱਲ੍ਹ ਇੱਥੇ ਹੀ ਆ ਚਲੋ ਜੀ ਮਿੱਤਰੋ ਗੁਰਦੁਆਰੇ ਮੱਥਾ ਟੇਕਣਾ ਹੈ ਕਿਹੜਾ ਗੁਰਦੁਆਰਾ ਹੈ ਪ੍ਰਭ ਕਿਹੜਾ ਹੈ ਬਾਬੇ ਦਾ ਮਿੱਤਰੋ ਯਾਰ ਜਿਹੜਾ ਵੀ ਆਉਂਦਾ ਹੈ ਨਾ ਗੁਰਦੁਆਰੇ ਮੱਥਾ ਇੱਕ ਜ਼ਰੂਰ ਟੇਕ ਜਾਇਓ ਯਾਰ ਅਤੇ ਬਾਕੀ ਹੌਲੀ ਮੇਰਾ ਵੀਰ ਭਰਾ ਯਾਰ ਗੁਰੂ ਘਰ ਆਇਆ ਕਰੋ ਮੱਥਾ ਟੇਕਿਆ ਪਾਠ ਕਰਿਆ ਕਰੋ ਰੱਬ ਦਾ ਨਾਂ ਲਿਆ ਕਰੋ ਨਾਲ ਤਾਂ ਮੈਂ ਕੁਛ ਨਹੀਂ ਲੈ ਜਾਣਾ ਜੋ ਦੇਣਾ ਲੈਣਾ ਇਸ ਮਾਲਕ ਨੇ ਕਰਨਾ ਬਸ ਵਾਹਿਗੁਰੂ ਚਲੋ ਜੀ ਹੁਣ ਜਾਣ ਦਿਓ ਅਤੇ ਬਾਕੀ ਮਿੱਤਰੋ ਜੰਡਿਆਲੇ ਆ ਨਾ ਆਹ ਮੇਨ ਬਾਜ਼ਾਰ ਜੰਡਿਆਲੇ ਮਿੱਤਰ ਇੱਥੇ ਰੋਹਲੀ ਯਾਰ ਗੋੜੀ ਸੋਹਣੀ ਆ ਮਿੱਤਰ ਇੱਥੇ ਇੱਕ ਆ ਰਹੇ ਹਾਂ ਅਤੇ ਇੱਕ ਪਿੱਛੇ ਸ਼ੋਪ ਵੀ ਕਾਫੀ ਜ਼ਿਆਦਾ ਭੀੜ ਲੱਗੀ ਹਲਵਾਈ ਦੀ ਸ਼ੋਪ ਵੀ ਸ਼ਾਇਦ ਉੱਥੇ ਮੈਨੇ ਕਿਹਾ ਮੈਨੂੰ ਨਹੀਂ ਪਤਾ ਕਿ ਸਮੋਸੇ ਮਠਿਆਈ ਵਗੈਰਾ ਅਤੇ ਇਹ ਘੈਂਟ ਮਿਲਦੇ ਆ ਬਾਕੀ ਜਾ ਕੇ ਦੇਖਦੇ ਹਾਂ ਜਿਹੜਾ ਫਿਰ ਭੀੜ ਹੋਈ ਤਾਂ ਆਪਾਂ ਲੈਂਜ ਲੱਗ ਜੂ ਜਾਣਾ ਵਾ ਯਾਰ ਜੇ ਭੀੜ ਆ ਸਮਝੋ ਕੋਈ ਨਾ ਕੁਛ ਸਵਾਲ ਤਾਂ ਹੋਏਗਾ ਹੀ ਫਿਰ ਹੀ ਲੋਕ ਖਲੋਤੇ ਆ ਭੁੱਖ ਸਾਨੂੰ ਲੱਗੀ ਆ ਬਾਕੀ ਦੇਖਦੇ ਹਾਂ ਆ ਜਾਓ ਫਿਰ ਆਪਾਂ ਇਹ ਭੀੜ ਹੀ ਘੱਟ ਗਿਆ ਉਹ ਸਾਹਮਣੇ ਲੱਗੀ ਉੱਥੇ ਅੱਛਾ ਕਿੱਦਾਂ ਭਾਈ ਸਮੋਸਾ ਪੰਜ ਕਾ ਇੱਕੀ ਆ ਖਾਣਾ ਆਪਾਂ ਸਾਰੀ ਇੱਕ ਵਰਾਇਟੀ ਕਰਾ ਲੈਂਦੇ ਟੇਸਟ ਇੱਕ ਨਾ ਇੱਧਰ ਭਾਈ ਜੀ ਆ ਬ੍ਰੈਡ ਬ੍ਰੈਡ ਰਹਿੰਦੇ ਸਮੋਸਾ ਰੋਲ ਅਤੇ ਟਿੱਕੀ ਅਤੇ ਚਿਪਸ ਉਹ ਕਿਹੜੇ ਗੋਭੀ ਵਾਲੇ ਮੈਂ ਗੋਭੀ ਵਾਲੇ ਨਹੀਂ ਖਾਂਦਾ ਆ ਕਰਿਓ ਭਾਈ ਇੱਕ ਸਮੋਸਾ ਕਰ ਦਿਓ ਇੱਕ ਰੋਲ ਇੱਕ ਟਿੱਕੀ ਨਾ ਤੁਸੀਂ ਇਹ ਤੇਲਦਾਰ ਉਹ ਖਾ ਖਾ ਗਏ ਨਾ ਅਤੇ ਸਮਝ ਰਹੇ ਮਹਾਂ ਛੱਡ ਰਹੇ ਇੱਥੇ ਵੀ ਖਾ ਦਿਓ ਇੰਨਾ ਮੈਂ ਬਟ ਹਫ਼ਤੇ 'ਚ ਇੱਕ ਵਾਰ ਜਾਂ ਮਹੀਨੇ 'ਚ ਦੋ ਤਿੰਨ ਵਾਰ ਚੱਲਦਾ ਯਾਰ ਜੈਨ ਵਾਲਾ ਕਿਹੜਾ ਚਲਾ ਤਾ ਜੀ ਵੇਸਟਡ ਤਦੇ ਕਹਿੰਦੇ ਨੰਬਰ ਪਲੇਟ ਦੇਖ ਮੇਰੇ ਧਿਆਨ ਨਹੀਂ ਪਿਆ ਦੋ ਦੂਰੋਂ ਰੈਡ ਰੈਡ ਜਿਹਾ ਨਾ ਪਾਉਂਦਾ ਤਾ ਕੈਮਰੇ 'ਚ ਭਾਈ ਹੁਣਾਂ ਦੇ ਐਂਡ ਕਰਾ ਦਿੱਤੀ ਹੁਣ ਟੇਸਟ ਵਾਲੀ ਐਂਡ ਹੋਏ ਨਾ ਮਜ਼ਾ ਹੀ ਆ ਜੇ ਮੇਨ ਜੀ ਟੇਸਟ ਦੀ ਬੜੇ ਸਰ ਜੀ ਪਿੱਛੇ ਹੋਏ ਟੇਸਟ ਦਿੱਤਾ ਜਾਵੇ ਗਰਮੀ ਪਰ
फिलअप ना आलू वाली चेक करो जबरदस्ती यार उत्ते मसाला पैन आला ओद सारी चीजा घैन बन गई हो चुका पता हम आप खा लीए तो घटना फिर गाप करते रोल वेल एक रोल रह गया ना थोड़ा गर्म ठंडा होती यार मित्रों जंडियाले आप उधरों उधर जाके मेन भी आ जंडियाले का उधर का पंद्रह एंटर कर देना गली च आ सामने वाल्मीकि चौंक इन कहें है ना जंडियाले के वाल्मीकि चौंक सामने है नहीं पता लैन जंडियाले रहना पता तो एकदम एक मिनट मैं तो इतने नाम लिखा जे की संदीप करके कुछ तो जरा भी आता वा जंडियाले जरूर कुछ कि संदीप शर्मा तो कोई अपनी दुध वाली हैगी ना ही दुकान से तो सामने इन्ना क्या टेस्ट लगे आप पैक भी करा लिया तो मतलब कि काफ़ी काफ़ी घेंट ही इन्होंने चढ़नी तो तेरा मसाला पा लेंगे ना उधम सिंह उत्तरी फोन चलिया है एक मिनट उधर सामने जंडियाले बाहर रोड जाती ना जी इतों राइट साइड टर्न करके अंदर लैफ्ट जिधर राइट लैफ्ट जिधर भी होंगे वा तो सामने उधम सिंह चौंक जे तो नाल ही राइट साइड जाओ थोड़ा जहाँ तो अपने भाई है तो इन्हें शॉप आ पुछे घटो घट नहीं तो 60-70 साल पुरानी शॉप आ मतलब 60-70 ईयरस पुरानी जे फिर टेस्ट तो यार घेंट होना है जिनी पुरानी दुकान होगी तो आप सब टेस्ट तो घेंट होएगा ही तो हम आप पैक करा लिया बाकी हौली ऑडियो इशू मैं हम आप अपनी जूस पी चलिए जूस पीने दुकान अपनी एको वो अपने बंदा एको कड़ा मैंगो मैंगो पीने यार मैंगो का मज़ा ही वक्रा है सीजन होना जूस वाली दुकान अपनी एको हॉस्पिटल के ना कि हॉस्पिटल ही जैन नर्सिंग कुछ भी करके नाल ही दुकान यार ये अपनी एको और भाई जी बड़ी आप बताइए मैंगो जूस कर दो यार मैंगो एक दो दो गिलास कितने वाला 30 वाला 50 वाला भैया अपनी आइसक्रीम डाल के देते यार हाँ आइसक्रीम नहीं है हमारे उधर ना अम्बरसर में करते हैं जो कप नहीं आता उसकी मतलब आधी एक ग्लास में डाल कर दे देते ऐसे उधर ये काम चलता है आईडी मेरी किंग है मन प्रभु ले आएंगे ना तो फटके मगर दुकान तो बड़ा दिल आइसक्रीम हाँ ठीक है भाई ओके हाँ ले होनी है कि फिर सही चल कल आप इतने कल सही यार हूँ दिल नहीं कंटा जान आता अरे इतने भी 10 रुपये अपन गूगल पे करने पैने ब्रो जगमग किया ही काम पाना चॉकलेट पा दे फिर कहता वो ही ज्यादा डाल देना चॉकलेट ही फिर बहुत सुंदर लग रहे हो पे क्या लगाते हो बहुत ग्लो आ रही है कुछ नहीं साबन लगाते हो ये ग्लो लाइटनिंग की है ब्रो ये इस लाइटनिंग की आ रही है हाँ ये अपने भी देखो इधर आ रही होगी हार्ड बना था है ना उसे अपना जिसे दाड़ी रखी जाना परा 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 ब्रो 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 टेक अ साइड प्लीज
ਚਾਕਲੇਟ ਤੇ ਮੈਂਗੋ ਸ਼ੇਕ ਦਾ ਉਹ ਮਤਲਬ ਮੈਂਗੋ ਦਾ ਕੰਬੀਨੇਸ਼ਨ ਬੜਾ ਘੈਂਟ ਜਿਹਾ ਬਣਿਆ ਜੀ। ਯਾਰੇ ਦਾ ਪੀਏ ਫਿਰ ਘਰ ਚੱਲੀਏ, ਫੋਨ ਆਉਂਦਾ ਘਰੋਂ।